हाँ जी लो जी, सत श्री अकाल जी सारे वीरां नूं। ते जिहड़ी अज नवी वीडियो तुहाडे सामने पेश करन लगे हां, आपां फार्म ट्रक साखा जी पावर स्टीयरिंग करता। बाकी जैनियन दा ही ज्यादा सुन के एवं होया वी जे चंगा काम एक बारी हो जूगा। हाँ जी हाँ जी, ते लंबा टाइम चलदा उह। हाँ लंबा टाइम चलदा, इसे संतुष्टि नाल चलो दूरों चल के भी आए हैं भी काम यार बहुत वधिया चल रहा है ना। बाकी वो भी मिल के जिहड़ा कोई सुभाव वा बोलचाल का तरीका वो बहुत वधिया लग्या। तो जी ये मॉडल के हिसाब से तुम दस दें कि मॉडल है कि कम इतने लिफ्ट वाला विचारे सेंटर चाहता जी काम में टाइमिंग पीरियड के उस टाइमिंग पीरियड के बोल करके कम फिटिंग की है। हिस्सा भी यदा नाल नहीं है जी, उस हिस्से के आप जो सिलेंडर लगाता पाइपलाइन की फिटिंग भी चेक कर सकते हैं, स्टीयरिंग गियर की फिटिंग चेक कर सकते हैं, बाकी सब चेक कराने जी कटाई किमें बनी है। देखो जी पूरी फुल कटाई है जी, उस हिस्से के उत्ते डबल सिलेंडर लाया, तीसरी साइड चेक करो जी। देखो जी पूरी प्रॉपर फुल कटाई है, तो ट्रैक्टर भी पूरी थोड़ी जगह से मुड़ूगा। जैक की फिटिंग तुम दिखाने पेंडल वगैरह उ है जी, सारे माल के फिटिंग हो गई है, सारी फिटिंग टैंकी अमृतसर की तरह अपनी थोड़ी बच्चे लगी है वो भी तुम दिखाने। पेंडल वगैरह हो गया, ट्रैक्टर जो है रेडी, बाइक भी अच्छे लैन आए हैं, बाइक भी ने जी पूरी गंगानगर के नज़दीक है जी, जमा को पेंडा जी बाई का अच लैन आए हैं, ਤੁਹਾਡੀ ਗੱਲਬਾਤ ਕਰਾਉਂਦੇ ਹਾਂ ਬਾਈ ਹੋਰਾਂ ਨਾਲ, ਦੱਸਣਗੇ ਕਿਵੇਂ ਲੱਗਿਆ ਕੰਮ ਕਾਰ। ਬਾਕੀ ਤੁਸੀਂ ਸਾਡਾ ਜਿਹੜੀ ਵੀਡੀਓ ਦੇ ਵਿੱਚ ਚੱਲ ਰਿਹਾ ਨੰਬਰ ਉੱਤੇ ਸੰਪਰਕ ਕਰਕੇ ਸਾਡੇ ਨਾਲ ਕੋਈ ਵੀ ਟਰੈਕਟਰ ਪਾਵਰ ਕਰਾਉਣਾ ਹੈ, ਲਿਫਟ ਦਾ ਕੰਮ ਕਰਾਉਣਾ, ਉਹਦਾ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ, ਅਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕੰਮ ਕਿਵੇਂ ਲੱਗਿਆ, ਕਿਸ ਤਰ੍ਹਾਂ ਦਾ ਕੰਮ ਲੱਗਿਆ। ਬਾਕੀ ਸਾਡੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਆ ਤੁਸੀਂ ਦੇਖ ਸਕਦੇ ਆ, ਇਸ 'ਤੇ ਸਾਨੂੰ ਫੋਲੋ ਸਬਸਕ੍ਰਾਈਬ ਅਤੇ ਕਰ ਲਓ। ਹੁਣ ਆਪਾਂ ਕਰਾਉਂਦੇ ਜੀ ਤੁਹਾਡੀ ਬਾਈ ਹੋਰਾਂ ਨਾਲ ਗੱਲਬਾਤ, ਅਤੇ ਬਾਈ ਜੀ ਦੱਸਣਗੇ ਆਪਣਾ ਤਜਰਬਾ ਕਿਵੇਂ ਲੱਗਿਆ ਉਹਨਾਂ ਨੂੰ ਟਰੈਕਟਰ ਦਾ ਕੰਮ, ਅਤੇ ਦੱਸਣਗੇ ਸਾਰੇ ਕੰਮ ਬਾਰੇ ਆਪਾਂ ਨੂੰ। ਵੀਡੀਓ ਵਿੱਚ ਬਣੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਆਪਣੇ ਦਰਸ਼ਕਾਂ ਨੂੰ ਤੁਸੀਂ ਆਪਣਾ ਨਾਮ ਅਤੇ ਪਿੰਡ ਬਾਰੇ ਜਾਣਕਾਰੀ ਦਿਓ ਜੀ। ਨਾਮ ਮੇਰਾ ਗੁਰਦੇਵ ਸਿੰਘ ਆ ਜੀ, ਪਿੰਡ ਰਾਜਸਥਾਨ ਗੰਗਾਨਗਰ ਜ਼ਿਲ੍ਹਾ, ਅਤੇ ਪਿੰਡ ਦੋਵੀ ਆ, ਕੇਸਰੀ ਸਿੰਘਪੁਰ ਕੋਲ। ਕੇਸਰੀ ਸਿੰਘਪੁਰ। ਬਾਈ ਜੀ ਆਪਣੇ ਕੋਲ ਟਰੈਕਟਰ ਛੱਡ ਕੇ ਗਏ ਸੀ, ਇੱਕ ਹਫ਼ਤਾ ਹੋ ਗਿਆ ਜੀ, ਅੱਜ ਟਰੈਕਟਰ ਹੋ ਗਿਆ ਰੈਡੀ ਬਾਈ ਜੀ ਦਾ। ਅਤੇ ਕਿਹੜਾ ਮਾਡਲ ਟਰੈਕਟਰ ਆ ਬਾਈ ਜੀ ਇਹ? 99 ਮਾਡਲ ਹੈ। 99 ਮਾਡਲ ਟਰੈਕਟਰ ਹੈ ਜੀ ਇਹ, ਅਤੇ ਇਹ ਆਪਣਾ ਮੇਰੇ ਖਿਆਲ ਲੋਡਰ 'ਤੇ ਚੱਲਦਾ ਜੀ? ਲੋਡਰ 'ਤੇ ਚੱਲਦਾ ਜੀ। ਹਾਂਜੀ, ਹੁਣ ਤਾਂ ਫਿਲਹਾਲ ਲੋਡਰ ਖੋਲ੍ਹਿਆ ਹੋਇਆ ਸੀ ਕਿਉਂਕਿ ਵਾਟ ਕਾਫੀ ਤੋਂ ਆਇਆ ਟਰੈਕਟਰ, ਇਹ ਟਰੈਕਟਰ ਚੱਲਦਾ ਲੋਡਰ ਦੇ ਮੂਹਰੇ, ਬਾਗਟ ਵਾਲਾ ਲੋਡਰ ਲੱਗਿਆ ਹੋਇਆ ਜੀ। ਤੇ ਕਿਵੇਂ ਲੱਗਿਆ ਜੀ ਕੰਮਕਾਰ ਆਪਣਾ, ਤਿਆਰ ਹੋ ਗਿਆ ਜੀ ਅੱਜ ਟਰੈਕਟਰ? ਕੰਮਕਾਰ ਬਹੁਤ ਵਧੀਆ ਲੱਗਿਆ ਜੀ। ਹਾਂਜੀ, ਸਾਡੇ ਕੋਲ ਪਾਵਰ ਸਟੀਅਰਿੰਗ ਟਰੈਕਟਰ ਹੈਗਾ 65। ਅੱਛਾ ਜੀ। ਤੇ ਉਦੋਂ ਵੀ ਜਿਹੜਾ ਇਹ ਪਾਵਰ ਵਾਲਾ ਕੰਮ ਲੱਗਦਾ ਵੀ ਬਹੁਤ ਵਧੀਆ ਲੱਗਦਾ, ਤੇ ਰੈਲਾ ਵੀ ਆ ਤੇ ਕਟਾਈ ਵੀ ਬੜੀ ਵਧੀਆ ਲੱਗਦੀ ਆ, ਤੇ ਲੱਗਦਾ ਤਾਂ ਬਾਈ ਬਹੁਤ ਚੰਗਾ ਆ ਕੰਮ ਹੋਇਆ। ਹਾਂਜੀ ਹਾਂਜੀ। ਬਾਕੀ ਤੁਸੀਂ ਚਲਾਓਗੇ ਸਾਨੂੰ ਦੱਸਣਾ ਆਪਦਾ ਤਜਰਬਾ। ਹਾਂਜੀ। ਤੇ ਕਿਉਂਕਿ ਕੰਮ ਜਦੋਂ ਜਾ ਕੇ ਚੱਲਦਾ ਜੀ, ਮਿਹਨਤ ਦਾ ਰਿਜ਼ਲਟ ਉਦੋਂ ਨਿਕਲਦੇ ਆ, ਅਤੇ ਕੁਆਲਿਟੀ ਆ ਜਿਹੜੀ ਆਪਣੇ ਕੰਮ ਦੀ, ਜਿਹੜਾ ਪੰਪ ਆਪਾਂ ਜੈਨੂਨ ਲਾਇਆ, ਓਰੀਜਨਲ ਡੈਨਫੋਰਸ ਦਾ ਆਰਬੀਟਲ ਲਾਇਆ, ਡਬਲ ਸਿਲੰਡਰ ਲਾਇਆ, ਅਤੇ ਕੁਆਲਿਟੀ ਦੇ ਵਿੱਚ ਆਪਾਂ ਕਿਸੇ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰਦੇ ਗੇ, ਤੁਸੀਂ ਅੱਗੇ ਵੀ ਆਪਣੀ ਵੀਡੀਓ 'ਚ ਦੇਖਦੇ ਹੁੰਦੇ ਆ। ਅਤੇ ਬਾਈ ਫਿਟਿੰਗ ਫੁਟਿੰਗ ਪਸੰਦ ਆ ਗਈ ਕੋਈ? ਫਿਟਿੰਗ ਬਹੁਤ ਵਧੀਆ, ਜਿਵੇਂ ਜੈਨੀਅਨ ਦੀ ਹੁੰਦੀ ਆ ਉਵੇਂ ਹੀ ਹੋਈ ਲੱਗਦੀ ਆ। ਅਤੇ ਬਾਕੀ ਜੈਨੀਅਨ ਦਾ ਹੀ ਜ਼ਿਆਦਾ ਸੁਣ ਕੇ ਐਵੇਂ ਹੋਇਆ ਵੀ ਜੇ ਚੰਗਾ ਕੰਮ ਇੱਕ ਵਾਰੀ ਹੋ ਜੂਗਾ ਅਤੇ ਲੰਬਾ ਟਾਈਮ ਚੱਲਦਾ ਉਹ। ਹਾਂ ਲੰਬਾ ਟਾਈਮ। ਇਸੇ ਸੰਤੁਸ਼ਟੀ ਨਾਲ ਚਲੋ ਦੂਰੋਂ ਚੱਲ ਕੇ ਵੀ ਆਏ ਹਾਂ ਵੀ ਕੰਮ ਯਾਰ ਬਹੁਤ ਵਧੀਆ ਚੱਲ ਰਿਹਾ ਨਾ। ਬਾਕੀ ਉਹ ਵੀ ਮਿਲ ਕੇ ਜਿਹੜਾ ਕੋਈ ਸੁਭਾਵ ਆ ਬੋਲਚਾਲ ਦਾ ਤਰੀਕਾ ਉਹ ਬਹੁਤ ਵਧੀਆ ਲੱਗਿਆ, ਅਤੇ ਸਾਰਾ ਕੰਮ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਮੇਰਾ 30-35 ਸਾਲ ਦਾ ਟਰੈਕਟਰ ਰੱਖਦੇ ਆ ਤਜਰਬਾ ਹੈਗਾ ਕੰਮ ਕਰਾਉਣ ਦਾ ਵੀ, ਅਤੇ ਵਧੀਆ ਲੱਗਿਆ ਬਹੁਤ। ਧੰਨਵਾਦ ਆ ਜੀ, ਬਹੁਤ ਇੰਨਾ ਕੋਸ਼ਿਸ਼ ਪੂਰੀ ਹੁੰਦੀ ਆ ਜੀ ਹਰੇਕ ਦੀ, ਕਸਟਮਰ ਦੀ ਵੀ ਤਸੱਲੀ ਹੋਵੇ, ਕੰਮ ਦੀ ਵੀ ਤਸੱਲੀ ਹੋਵੇ, ਅਤੇ ਬਾਕੀ ਤੁਸੀਂ ਰੋਡ 'ਤੇ ਤਾਂ ਵੇਖ ਲਿਆ ਜੀ ਚਲਾ ਚਲੂ ਕੇ? ਹਾਂ ਨਹੀਂ ਚਲਾ ਕੇ ਦੇਖਿਆ, ਵਧੀਆ ਬਹੁਤ ਵਧੀਆ। ਹਾਂ ਟਿਕਦਾ ਪੂਰਾ। ਹਾਂਜੀ ਹਾਂਜੀ। ਚਲੋ ਵੀਡੀਓ ਵਿੱਚ ਚੱਲ ਰਹੇ ਨੰਬਰ ਦੇ ਉੱਤੇ ਤੁਸੀਂ ਜਾਣਕਾਰੀ ਲੈ ਕੇ ਸਾਡੇ ਤੋਂ ਕੋਈ ਵੀ ਟਰੈਕਟਰ ਪਾਵਰ ਸਟੀਅਰਿੰਗ ਕਰਾਉਣਾ, ਲਿਫਟ ਦਾ ਕੰਮ ਕਰਾਉਣਾ, ਉਹਦੇ ਲਈ ਜਾਣਕਾਰੀ ਦੱਸ ਸਕਦੇ ਹਾਂ।
वीडियो में लाइक तो शेयर जरूर करना तो कमेंटा दसना जी कम कि लग्या तो बाई जी अपने को इन्नी दूरों पहुँचे से इन्हों का काम किया तो बाई जी का बहुत अभी धन्यवाद करते हैं साढ़े को पहुँचने ठीक है जी ठीक धन्यवाद थोड़ा भी बहुत बहुत हाँ जी तो थोड़ा भी सारे वीर का बहुत धन्यवाद वीडियो देखने लिए शेयर जरूर कर दे जी धन्यवाद धन्यवाद।